एक तरफ जहां पराली जलाने से वातावरण प्रदूषित होता है, वहीं इस पराली को खेतों में ही दबा देने से जमीन उपजाऊ भी बनती है। लेकिन उसके बावजूद भी कई किसान यहां पराली को जलाकर प्रदूषण फैला रहे हैं, साथ ही जमीन की उपजाऊ क्षमता भी कम कर रहे हैं। वहीं पठानकोट के किसान पराली को आग ना लगाकर यहां जमीन में ही पराली को दबाकर जमीन को उपजाऊ बनाने का अपना योगदान दे रहे हैं। वहीं फसल के पैदावार को भी ज्यादा ले रहे हैं। यही नहीं, राज्य व देश के उन किसानों के लिए मिसाल भी बन रहे हैं, जिसको लेकर किसानों ने दूसरे किसानों से अपील की है कि वे इस पराली को ना जलाएं और जमीन में ही इसको दबा दें, जिससे जमीन की उपजाऊ क्षमता बढ़ती है और वह ये काम पिछले लंबे समय से कर रहे हैं। इसके अलावा यह पराली को पशुपालकों को बेचकर किसान मुनाफा भी कमा रहे हैं, इससे उनकी कमाई में वृद्धि हो रही है। की नाम अपना? वाहिगुरु खालसा वाहिगुरु जी की फतेह। मेरा नाम नरिंदर सिंह है, मैं किसान है। असी झोना लगाया सी अरकां, सानू समय दे अनुसार जो सरकार ने हदायतां दित्तियां, असी पहला भी कभी पराली नूं अग नहीं लगाई, क्योंकि जिहड़ा रहिंद खूंद आपां हमेशा ही पैली बेची बौंदे रहे हैं, जिस नाल साडी पैदावार वधी है, ज़्यादा झाड़ दिंदी है, खादां दी घट जरूरत पैंदी है और इन्हां ह्यूमन लाइफ भी सेफ रहिंदी है, क्योंकि आपां घट पैस्टीसाइड यूज करांगे, ये नाल बीमारियों तो छुटकारा पावे। आप तकरीबन ही अपनी ऑरगैनिक तौर पर अपनी कणक झोने की बिजाई करते हाँ, जी सेहत वास्ते ठीक है। मैं सारे किसानों यही अपील करता हाँ कि एक तो इन्ना वातावरण अपना शुद्ध रहेगा, एक एनवायरमेंट ठीक रहेगी, कोई भी वीर मेरा भरा पराली अग ना लगे, सारे ने हाथ जोड़ के यही बेनती है कि पराली को सांभो, अग का घट उपयोग करो, जिन्ना पैली की उपजाऊ शक्ति बनी रहेगी, फसल वध तो वध होगी। ਸਾਡੇ ਇਲਾਕਾ ਮੇਰਾ ਡਿਸਟ੍ਰਿਕਟ ਪਠਾਨਕੋਟ ਹੈਗਾ, ਸਾਡੇ ਇਲਾਕੇ 'ਚ ਕਾਫੀ ਗੁੱਜਰ ਭਾਈਚਾਰਾ ਰਹਿੰਦਾ ਹੈਗਾ, ਜਿਹੜਾ ਪਰਾਲੀ ਦਾ ਕਾਫੀ ਉਪਯੋਗ ਕਰਦਾ ਹੈ, ਤਕਰੀਬਨ ਸਾਡੀ ਸਾਰੀ ਪਰਾਲੀ ਗੁੱਜਰ ਹੀ ਲੈ ਲੈਂਦੇ ਹਨ, ਇਸ ਨਾਲ ਕਿਸਾਨ ਨੂੰ ਆਮਦਨ ਵੀ ਹੁੰਦੀ ਹੈ ਅਤੇ ਵਧੀਆ ਰਹਿੰਦਾ, ਅੱਗ ਲਗਾਉਣ ਦੀ ਲੋੜ ਵੀ ਨਹੀਂ ਪੈਂਦੀ, ਆਪਣਾ ਇਨਵਾਇਰਮੈਂਟ ਵੀ ਠੀਕ ਰਹਿੰਦਾ ਹੈਗਾ। ਕੀ ਨਾਮ ਆਪਣਾ? ਮੇਰਾ ਨਾਮ ਤਰਸੇਮ ਸਿੰਘ ਹੈ ਜੀ, ਮੈਂ ਸਿਹੋੜੇ ਤੋਂ ਬਿਲੋਂਗ ਕਰਦਾ ਜੀ। ਹਾਂਜੀ, ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ, ਕਿਉਂਕਿ ਇੱਕ ਤਾਂ ਸਾਡਾ ਵਾਤਾਵਰਨ ਦੁਸ਼ਤ ਹੁੰਦਾ ਹੈ ਪਰਾਲੀ ਨੂੰ ਅੱਗ ਲਗਾਉਣ ਕਾਰਨ, ਕਿਉਂਕਿ ਜਦੋਂ ਆਪਾਂ ਪਰਾਲੀ ਨੂੰ ਅੱਗ ਲਗਾਉਂਦੇ ਹਾਂ, ਇੱਕ ਤਾਂ ਕਈ ਵਿੱਚ ਜਿਹੜੇ ਜੀਵ ਜੰਤੂ ਹੈ ਜਿਹੜੇ ਉਹ ਵੀ ਦੁਸ਼ਤ ਹੁੰਦੇ ਨੇ, ਉਹਨਾਂ ਦਾ ਵੀ ਸਾਡਾ ਜਿਹੜਾ ਕੁਦਰਤੀ ਜੀਵ ਜੰਤੂ ਉਹਨਾਂ ਦਾ ਵੀ ਨੁਕਸਾਨ ਹੁੰਦਾ, ਅਤੇ ਇੱਕ ਸਾਡੇ ਜਿਹੜੀ ਹੈ ਪਰਾਲੀ ਹੈ ਇਹ ਸਾਡੇ ਕੰਮ ਵੀ ਆਉਂਦੀ ਹੈ, ਜਿਹੜੀ ਵੇਸਟੇਜ ਪਰਾਲੀ ਹੁੰਦੀ ਹੈ ਆਪਾਂ ਦੀ ਫੈਕਟਰੀਆਂ 'ਚ ਵੀ ਕੰਮ ਆਉਂਦੀ ਹੈ, ਹੋਰ ਵੀ ਆਪਾਂ ਨੂੰ ਘਰ ਵੀ ਕੰਮ ਆਉਂਦੀ ਹੈ, ਅਤੇ ਆਪਾਂ ਜਿਹੜੀ ਪਰਾਲੀ ਇਹ ਘਰ ਵੀ ਵਰਤ ਸਕਦੇ ਹਾਂ, ਡੰਗਰਾਂ ਵਾਸਤੇ ਵੀ, ਪਸ਼ੂਆਂ ਵਾਸਤੇ ਵੀ ਵਰਤ ਸਕਦੇ ਹਾਂ, ਹੋਰ ਵੀ ਸਾਨੂੰ ਪਰਾਲੀ ਬਹੁਤ ਹਰ ਜਗ੍ਹਾ 'ਤੇ ਕੰਮ ਆਉਂਦੀ ਹੈ ਜੀ। ਇੱਕ ਤਾਂ ਸਾਨੂੰ ਪਰਾਲੀ ਵੇਚ ਕੇ ਸਾਡੀ ਆਮਦਨ 'ਚ ਵਾਧਾ ਵੀ ਹੁੰਦਾ, ਅਸੀਂ ਪੈਸੇ ਵੀ ਕਮਾਉਂਦੇ ਹਾਂ ਇਸ ਤੋਂ, ਅਤੇ ਪਰਾਲੀ ਦਾ ਸਾਨੂੰ ਬਹੁਤ ਫਾਇਦਾ। ਇੱਕ ਜਿਹੜੀ ਆਪਾਂ ਜਿਹੜੀ ਵੇਸਟੇਜ ਹੁੰਦੀ ਹੈ ਉਹ ਆਪਾਂ ਵਿੱਚ ਵਾਹ ਦਿੰਦੇ ਹਾਂ, ਸਾਨੂੰ ਸਾਡੀ ਰੂੜੀ ਬਣ ਜਾਂਦੀ ਹੈ, ਖਾਦ ਬਣ ਜਾਂਦੀ ਹੈ, ਜੋ ਕਿ ਜ਼ਮੀਨ ਵਾਸਤੇ ਬਹੁਤ ਉਪਜਾਊ ਹੁੰਦੀ ਹੈ, ਉਹਦਾ ਸਾਨੂੰ ਬਹੁਤ ਲਾਭ ਮਿਲਦਾ, ਸਾਡਾ ਝਾੜ ਵੀ ਵੱਧਦਾ, ਤਾਂ ਸਾਨੂੰ ਆਉਣ ਵਾਲੇ ਟਾਈਮ 'ਚ ਸਾਨੂੰ ਉਹਦਾ ਮੁਨਾਫਾ ਵੀ ਹੁੰਦਾ। ਕਿਸਾਨ ਭਰਾਵਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਆਪਣਾ ਵੱਢ ਹੁੰਦਾ, ਵੱਢ ਨੂੰ ਵੱਢ ਦੇ ਅੱਗ ਨਾਲ ਲਗਾਓ, ਜਿਹੜੀ ਪਰਾਲੀ ਹੈ ਜਿਹੜੀ ਪਰਾਲੀ ਵਿੱਚ ਹੁੰਦੀ ਆ ਉਹਨੂੰ ਜਾਂ ਤਾਂ ਵਾਧੋ, ਅਤੇ ਜਾਂ ਤਾਂ ਫਿਰ ਉਹਨੂੰ ਇਕੱਠਾ ਕਰਕੇ ਆਪਣੇ ਘਰ ਜਾਂ ਆਪਣੇ ਵੇਚ ਲਓ, ਉਹਨੂੰ ਕੰਮ ਆ ਜਾਂਦੀਆਂ, ਪਸ਼ੂਆਂ ਵਾਸਤੇ ਕੰਮ ਆ ਜਾਂਦੀ ਹੈ ਜੀ। ਆਪਣਾ? ਪ੍ਰੇਮ ਸਿੰਘ ਸੋੜਾ ਜੀ। ਹਾਂਜੀ ਹਾਂਜੀ, ਪਰਾਲੀ ਨੂੰ ਅੱਗ ਨਹੀਂ ਲਏਗੀ, ਕਾਰਨ ਹੈ ਜੀ, ਜਿੱਦਾਂ ਆਪਾਂ ਜ਼ਮੀਨ ਦੇ ਆਪਾਂ ਤੱਤ ਖਤਮ ਹੋ ਜਾਂਦੇ ਆ ਜੀ ਇੱਕ ਤਾਂ ਪਿਛਲੇ ਸਾਲ ਤੋਂ ਨਹੀਂ ਲਾਈ ਆ ਰਹੀ ਅੱਗ ਜੀ, ਅਤੇ ਜਿਸ ਤਰ੍ਹਾਂ ਆਪਾਂ ਹੁਣ ਫੰਡਾਈ ਕਰਵਾਉਂਦੇ ਹਾਂ ਅਤੇ ਜ਼ਮੀਨ ਜਿਹੜੇ ਹੈ ਪਰਾਲੀ ਵੇਚੀ ਵੀ ਜਾ ਸਕਦੀ ਹੈ, ਜਿਹੜਾ ਵੀ ਆਪਣੇ ਖੇਤੀ ਦਾ ਖਰਚਾ, ਹਵਾਈ ਦਾ ਖਰਚਾ, ਡੀਜ਼ਲ ਦਾ ਖਰਚਾ, ਇੰਨਾ ਤਾਂ ਨਿਕਲ ਹੀ ਜਾਂਦਾ ਜੀ। ਇੱਕ ਆਪਾਂ ਵੱਢ ਜਿਹੜਾ ਛੱਡ ਦਿੰਦੇ ਹਾਂ ਅਤੇ ਉੱਦਾਂ ਹੀ ਵਾਹ ਨੇ, ਫਿਰ ਪੈਲੀ 'ਚ ਆਪਾਂ ਜਿਹੜਾ ਜ਼ਮੀਨ 'ਤੇ ਤੱਤ ਨਹੀਂ ਮਰਦੇ ਜੀ, ਠੀਕ ਹੈ ਨਾ ਜੀ। ਅਤੇ ਇੱਕ ਸਰਕਾਰ ਵੱਲੋਂ ਬੜੇ ਉਪਰਾਲੇ ਆ ਰਹੇ ਜੀ, ਵੀ ਜਿਹੜੇ ਮਤਲਬ ਕਹਿੰਦਾ ਵੀ ਜ਼ਿਮੀਂਦਾਰ ਅੱਗੇ ਅਪੀਲ ਹੈ, ਵੀ ਆਪਾਂ ਵੀ ਅਪੀਲ ਕਰਦੇ ਹਾਂ ਕਿਸਾਨ ਭਰਾ, ਵੀ ਜ਼ਿਮੀਂਦਾਰਾਂ ਨੂੰ ਕਹਿੰਦੇ ਹਾਂ ਵੀ ਇਹ ਪਰਾਲੀ ਨੂੰ ਅੱਗ ਨਾ ਲਾਈ ਜਾਏ, ਇੱਕ ਤਾਂ ਵਾਤਾਵਰਨ ਦੁਸ਼ਤ ਹੁੰਦਾ ਜੀ। ਹਾਂਜੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜੋ ਪਿਛਲੇ ਡੇਢ ਮਹੀਨੇ ਤੋਂ ਜਿਹੜੀ ਸਾਡੀ ਜਿਹੜੀ ਹੈ ਇੱਕ ਪਰਾਲੀ ਨੂੰ ਸਾਂਭਣ ਦੇ ਸੰਬੰਧੀ ਜੋ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ, ਉਸ ਦੇ ਜਿਹੜੇ ਸਾਰਥਕ ਨਤੀਜੇ ਬਹੁਤ ਵਧੀਆ ਦੇਖਣ ਨੂੰ ਮਿਲੇ ਨੇ। ਇਸ ਵਾਰੀ ਜਿਹੜਾ ਵਾ ਸਾਡਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅੱਜ ਤੱਕ ਜਿਹੜੀ ਆ ਉਹ ਜ਼ੀਰੋ ਬਰਨਿੰਗ ਜਿਹੜੀ ਆ, ਕੋਈ ਵੀ ਜਿਹੜਾ ਵਾ ਵਾਕਿਆ ਜਿਹੜਾ ਦਰਜ ਨਹੀਂ ਕੀਤਾ ਗਿਆ। ਸੋ ਇਸ ਦੇ ਵਿੱਚ ਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ, ਸਾਡਾ ਜ਼ਿਲ੍ਹਾ ਪ੍ਰਸ਼ਾਸਨ,
ਪੁਲਿਸ ਮਹਿਕਮਾ, ਪੇਂਡੂ ਅਤੇ ਪੇਂਡੂ ਅਤੇ ਪੰਚਾਇਤ ਵਿਭਾਗ, ਇਹਦੇ ਸਾਰੇ ਅਧਿਕਾਰੀ ਜਿਹੜੇ ਆ ਉਹ ਕਿਸਾਨਾਂ ਤੱਕ ਜਿਹੜੇ ਜਿਹਨਾਂ ਨੇ ਪਹੁੰਚ ਕੀਤੀ ਆ ਉਹਨਾਂ ਦੀ ਜਿਹੜੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ ਅਤੇ ਅੱਜ ਅਸੀਂ ਜਿਹੜਾ ਵਾ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਸਫਲ ਹੋਏ ਹਾਂ ਕਿ ਇਹ ਜਿਹੜੀ ਪਰਾਲੀ ਜਿਹੜੀ ਆ ਜੇਕਰ ਇਹਨੂੰ ਸਦ ਉਪਯੋਗ ਕੀਤਾ ਜਾਵੇ ਤਾਂ ਇਹਦਾ ਕੋਈ ਮਤਲਬ ਨਹੀਂ ਕਿ ਜੇ ਇਹਨੂੰ ਜਿਹੜੀ ਅੱਗ ਲਗਾਈ ਜਾਵੇ। ਸੋ ਇਸ ਵੇਲੇ ਜਿਹੜੀ ਜੇਕਰ ਪੰਜਾਬ 'ਚ ਦੇਖੀਏ ਤਾਂ ਤਕਰੀਬਨ 24,000 ਦੇ ਵਿੱਚ ਜਿਹੜੇ ਲਾਗੇ ਹੈਗੇ ਆ ਉਹ ਅੱਗ ਲੱਗਣ ਦੇ ਜਿਹੜੇ ਪਰਾਲੀ ਨੂੰ ਅੱਗ ਲੱਗਣ ਦੇ ਵਾਕਿਆ ਜਿਹੜੇ ਆ ਉਹ ਦਰਜ ਕੀਤੇ ਗਏ ਆ, ਪਰ ਅੱਜ ਤੱਕ ਜਿਹੜਾ ਵਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇੱਕ ਵੀ ਜਿਹੜਾ ਵਾਕਿਆ ਜਿਹੜਾ ਵਾ ਉਹ ਆਪਾਂ ਦਰਜ ਨਹੀਂ ਹੋਇਆ, ਜਿਹੜਾ ਕਿ ਇੱਕ ਸੂਚਿਤ ਇਸ ਗੱਲ ਦਾ ਸੂਚਕ ਹੈ ਕਿ ਕਿਸਾਨਾਂ ਨੇ ਜਿਹੜੇ ਸਾਡੇ ਜ਼ਿਲ੍ਹੇ ਦੇ ਕਿਸਾਨ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਜੋ ਮੁਹਿੰਮ ਚਲਾਈ ਗਈ ਉਹਦੀ ਜਿਹੜੀ ਆ ਉਹ ਜਿਹੜੀ ਅਪੀਲਾਂ ਕੀਤੀਆਂ ਗਈਆਂ ਨੇ ਉਹਦੀ ਅਪੀਲਾਂ ਮੰਨੀ ਆ ਅਤੇ ਜਿਹੜੀ ਕਿਸਾਨ ਜਿਹੜੀ ਝੋਨੇ ਦੀ ਪਰਾਲੀ ਨੂੰ ਜਿਹੜੀ ਆ ਬਿਲਕੁਲ ਅੱਗ ਜਿਹੜੀ ਨਹੀਂ ਲਾਈ। ਰਾਗੀ ਹੋਮ ਡੈਕੋਰ ਗਿਵ ਯੋਰ ਹੋਮ ਆਫਿਸਿਸ ਇੰਟੀਰੀਅਰ ਐਂਡ ਐਕਸਟੀਰੀਅਰ ਵਾਲਸ ਸੀਲਿੰਗ ਫਰਨੀਚਰ ਐਂਡ ਡੋਰ ਪੈਨਲ ਐਂਡ ਐਲੀਗੈਂਟ ਲੁੱਕ ਐਕਸਪਰਟ ਇਨ UV PVC ਵਾਲ ਵਾਲਪੇਪਰਸ ਪਾਰਟੀਸ਼ਨ ਜਾਲੀ ਗੁੱਡ ਫਲੋਰਿੰਗ ਆਪਕੀ ਕਾਲਪਨਿਕ ਸੋਚ ਕੋ ਉਤਾਰੇ ਆਕਾਰ ਮੇਂ ਔਰ ਆਕਾਰ ਸਵਾਰੇ ਆਪਕੇ ਘਰੋਂ ਦਫ਼ਤਰੋਂ ਔਰ ਕਿਸੀ ਵੀ ਪ੍ਰਕਾਰ ਕੇ ਵਿਵਸਾਇਕ ਸਥਲੋਂ ਕੋ 100% ਈਕੋ ਫ੍ਰੈਂਡਲੀ 100% ਮੋਇਸਚਰ ਪ੍ਰੂਫ 100% ਟਰਮਾਈਟ ਪ੍ਰੂਫ ਐਕਸੀਲੈਂਟ ਵੈਦਰ ਐਬਿਲਿਟੀ ਸਾਊਂਡ ਰਿਡਿਊਸਿੰਗ ਫਾਇਰ ਰਿਟਾਰਡੈਂਟ ਰੀਸਾਈਕਲੇਬਲ ਐਂਡ ਲਾਈਟ ਵੇਟ ਜੈਸੀ ਖੂਬੀਓ ਸੇ ਭਰੀ ਸ਼ੀਟਸ ਬਿਹਤਰ ਵ ਆਧੁਨਿਕ ਪਸੰਦ ਕੇ ਲਿਏ ਯਾਦ ਰੱਖੇ ਰਾਗੀ ਹੋਮ ਡੈਕੋਰ ਕੇਅਰ ਆਫ ਰਾਗੀ ਡਿਸਟ੍ਰੀਬਿਊਟਰਸ ਐਂਡ ਪ੍ਰੋਮੋਟਰਸ ਵਾਰਡ ਨੰਬਰ 11 ਨੀਅਰ ਨੋਬਲਟੀ ਮਾਲ ਮਾਮੂਨ ਰੋਡ ਪਠਾਨਕੋਟ ਕੰਟੈਕਟ ਅਸ ਔਨ 9540066113